अस्सलामु अलैकुम जी, कैसे हैं आप सब? उम्मीद है सब लोग ठीक ठाक होंगे, खैरियत से होंगे। मैं आया हुआ था आप ही हमारा के घर, आप ही हमारा ने जाना है मेरे साथ। मैंने यहाँ से कुछ, हाँ जी, दवाई भी लेनी है और इसके अलावा जो है ना, मैंने जो है ना अपने पौधों के लिए भी दवाई लेके जानी है। तो क्योंकि मेरे पौधे जो है ना, मैंने पहले भी व्लॉग में बताया था कि वो जो है ना, वो सियोंग जिसको बोलते हैं, वो जो है ना, वो पौधों को लग रही है, तो इस वजह से पौधे फिर जो है ना ख़त्म हो जाते हैं, मर जाते हैं पौधे। तो अभी जो है ना, फिर आप ही बना के रखने लगी हैं भाई के लिए खाना, सालन बना के रख लें, फिर हम लोग जो है ना वो चले जाएंगे। सुबह का प्रोग्राम था हमारा जाने का, लेकिन सुबह जुमा है तो हमें दवाइयाँ वगैरह जो है ना हमने लेनी है वो नहीं मिलेंगी। तो मैंने कहा आप ही का फिर प्रोग्राम के अभी चलते हैं। तो मैंने कहा चलो ठीक है, ਅਸੀਂ ਆਪਣੇ ਵਾਸਤੇ ਵੀ ਦੱਸ ਨਲੀ ਨੇ ਫਰਿੱਜ ਖਿਲ ਕੇ ਰੱਖਿਆ ਹੋਇਆ ਵਾ। ਇਹ ਦੇਖੋ ਮੈਂ ਐਵੇਂ ਡੱਬੇ 'ਚ ਪਾ ਕੇ ਰੱਖ ਲੈਂਦੀ ਹਾਂ। ਲਸਣ ਹੋ ਗਿਆ, ਲਸਣ ਦੇ ਢੇਰ ਲੱਗਣੇ ਆ, ਕੰਡੀ ਹੋਈ ਧੀ ਹੈ। ਅਲੀ ਨੇ ਛਿੱਲਿਆ ਵਾ, ਮੈਂ ਨਹੀਂ ਛਿੱਲਿਆ। ਹਾਂਜੀ, ਮਤਲਬ ਉਹ ਰੱਖਿਆ ਹੋਇਆ ਸੰਭਾਲ ਕੇ। ਹਾਂ, ਫਰਿੱਜ 'ਚ ਪਾ ਕੇ ਐਵੇਂ ਰੱਖ ਲਓ ਨਾ, ਫਿਰ ਹੁਣ ਜਲਦੀ ਹੈ ਸਾਨੂੰ, ਅਤੇ ਫਿਰ ਲਸਣ 'ਤੇ ਤਾਂ ਢੇਰ ਲੱਗਦੀ ਆ। ਅੱਛਾ ਜੀ, ਦੇਸੀ ਮੁਰਗੇ ਦੇ ਵਿੱਚ ਇੱਕ ਅਸੀਂ ਆਲੂ ਪਾਵਾਂਗੇ, ਕਿਉਂਕਿ ਭਾਈ ਪਿਆਜ਼ ਨੂੰ ਤਾਂ ਮੈਨੂੰ ਪਸੰਦ ਆ, ਅਸੀਂ ਖਾਣਾ ਖਾ ਕੇ ਜਾਵਾਂਗੇ। ਠੀਕ ਹੈ, ਨਾਲ ਠੰਡਾ ਹੋ ਜਾਊਗਾ। ਹਾਲੇ ਵੈਸੇ ਆਲੂ ਵੀ ਕੱਟ ਲਿਆ, ਟਮਾਟਰ ਵੀ, ਮੈਂ ਫਟਾਫਟ ਰੱਖਾਂ। ਗੁੰਡੇ ਦੇ ਨੀਚੇ ਤੌਲੀਆ ਰੱਖਾਂ, ਕਿਉਂਕਿ ਸੇਬ ਟੁੱਟ ਜਾਂਦੀ ਆ, ਅਹਿਤਿਆਤ ਚੰਗੀ ਹੁੰਦੀ ਆ। ਅਤੇ ਬਾਜੀ ਦੱਸ ਰਹੀ ਸੀ ਕਿ ਸਾਡੇ ਗਾਉਂ ਦੇ ਵਿੱਚ ਕਿੰਨੀਆਂ ਆਉਂਦੀਆਂ ਸਲੇਬ ਟੁੱਟੀ, ਅਤੇ ਇਸ ਕਰਕੇ ਮੈਂ ਜਿਹੜਾ ਨਾ ਨੀਚੇ ਟਾਵਰ ਰੱਖ ਲੈਂਦੀ ਹਾਂ। ਮੈਨੂੰ ਕਿਸੇ ਭੈਣ ਨੇ ਮਸ਼ਵਰਾ ਦਿੱਤਾ ਸੀ, ਮੇਰਾ ਨੀਚੇ ਟਾਵਰ ਰੱਖਿਆ ਕਰ ਪਈ ਨਹੀਂ ਸਲੇਬ ਟੁੱਟਦੀ। ਅਤੇ ਬਾਈ ਫਿਆਜ਼ ਕਹਿੰਦਾ ਕਿਹੜੇ ਪੰਗੇ 'ਚ ਪਈ। ਨਹੀਂ, ਮੈਂ ਇੱਕ ਕੰਮ ਕਰੂੰ ਆਪਣੇ ਉੱਧਰ ਨਾ, ਮੈਂ ਕੰਕਰੀਟ ਦਾ ਤਿਆਰ ਕਰਵਾਊਂਗਾ, ਨੀਚੋਂ ਰਹਿ ਕੇ ਉੱਪਰ ਤੱਕ। ਉੱਥੇ ਸਪੈਸ਼ਲ ਬੰਦਾ ਰੱਖੀ ਆ, ਮੈਂ ਤਿਆਰ ਕਰਵਾਊਂਗਾ। ਕੀ ਮਤਲਬ ਇਹ ਰੱਖੇ ਸਪੈਸ਼ਲ ਤਿਆਰ ਕਰਵਾਊਂਗਾ ਇਹ ਕੁੰਡਾ? ਨਹੀਂ ਨਹੀਂ, ਜਗ੍ਹਾ ਸਪੈਸ਼ਲ ਤਿਆਰ ਕਰਵਾਊਂਗਾ ਸਲੈਬ ਦੇ ਬਰਾਬਰ। ਹਾਂਜੀ। ਅੱਛਾ ਜੀ, ਇੱਧਰ ਆਇਲ ਗਰਮ ਹੋ ਗਿਆ, ਪਿਆਜ਼ ਪਾ ਲਈਏ। ਪਿਆਜ਼ ਨੂੰ ਕਰਦੇ ਹਾਂ ਹਲਕਾ ਫਰਾਈ, ਨਾਲ ਨਾਲ ਪੇਸਟ ਬਣ ਗਈ। ਹਾਂਜੀ, ਆ ਜੀ ਸਾਡਾ ਬੋਟੀਆਂ, ਠੀਕ ਹੈ ਨਾ, ਚਿਕਨ ਦੇਸੀ ਮੁਰਗਾ। ਹਾਂਜੀ, ਦੇਸੀ ਮੁਰਗਾ ਜੀ, ਬੋਟੀਆਂ ਬੋਟੀਆਂ ਗਾਈਡ ਬੋਟੀਆਂ ਗਾਈਡ ਲੈਗ ਆ ਦਿੱਤੀ ਸਾਡੀ ਬੋਟੀ ਗਾਈਡ, ਇੱਕ ਤੇਰੀ ਆ, ਇੱਕ ਸਾਡੀ ਅੰਮਾ ਜੀ ਦੀ ਗਾਈ ਜੀ ਨੇ, ਤੁਸੀਂ ਅੰਮਾ ਜੀ ਨੂੰ ਦੇ ਦਿਓ ਗਾਈ ਕਰ ਬੋਟੀਆਂ ਖਾਣੀਆਂ ਤੇ ਆ ਜਾਓ। ਅਸੀਂ ਤਿਆਰ ਕਰਕੇ ਫਰਾਈ ਹੋ ਗਏ ਆ, ਇਸੇ ਹੁਣ ਮੈਂ ਪੇਸਟ ਬਣਾਇਆ ਵਾ ਉਹ ਵਾਲਾ ਪਾ ਲਵਾਂ, ਅਤੇ ਨਾਲ ਪਾ ਲਵਾਂ ਟਮਾਟਰ ਦੋਨੋਂ ਚੀਜ਼ਾਂ ਕੱਟਣੀ ਪਾ ਦੇਣੀ। ਅੱਛਾ ਜੀ, ਹੁਣ ਹੁਣ ਹੁਣ
ਕਲੇਜੀ ਵੀ ਨਿਕਾਲੀ ਆ, ਦਿਲ ਵੀ ਨਿਕਾਲ ਲੈਣਾ, ਮੋਟਾ ਵੀ। ਤਾਂ ਅਸੀਂ ਹਾਂਡੀ ਭੁੰਨਦੇ ਹਾਂ, ਨਿਕਾਲ ਲਈਦਾ ਵਾ, ਔਰ ਦਿਲ ਵੀ ਨਿਕਾਲ ਲੈਣਾ ਵਾ। ਅਤੇ ਉੱਧਰ ਮੈਂ ਤਵਾ ਰੱਖ ਲਿਆ ਉੱਪਰ, ਆਟਾ ਵੀ ਸੈੱਟ ਹੋ ਗਿਆ ਵਾ, ਅਤੇ ਰੋਟੀਆਂ ਪਕਾਉਣੀਆਂ ਫਟਾਫਟ। ਉਹ ਦਿਲ ਤੋਂ ਉਤਰ ਗਿਆ ਹੁਣ, ਇੰਨੀ ਗਰਮੀ ਅਤੇ ਦਿਲ ਵੀ ਨਹੀਂ ਲੱਭਣ ਡਿਆ, ਅੱਲਾ ਜਾਣੇ ਦਿਲ ਕਿੱਥੇ ਆ। ਚਲੋ ਜੀ, ਇਹ ਬਾਈ ਪਿਆਜ਼ ਖਾ ਲਏਗਾ ਅਤੇ ਅਲੀ ਖਾ ਲਏਗਾ, ਬਾਈ ਪਿਆਜ਼ ਇਸ ਤਰ੍ਹਾਂ ਖਾਣੀ ਹੁੰਦੀ ਹੈ। ਅਤੇ ਇੱਥੇ ਮੈਂ ਲੱਗੀ ਹਾਂ ਆਲੂ ਪਾਉਣ, ਜਿਹੜੇ ਛਿਲਕੇ ਰੱਖੇ ਸੀਗੇ ਦੋ ਆਲੂ ਆ, ਅਤੇ 5 ਮਿੰਟ ਵਾਸਤੇ ਬਣਾਈ ਕਰਦੇ ਹਾਂ। ਵਾਸਤੇ ਬੁਣਾਈ ਕਰ ਦਿੰਦੇ ਹਾਂ। ਅਤੇ ਇੱਧਰ ਤਵਾ ਗਰਮ ਹੋ ਗਿਆ ਵਾ, ਅਤੇ ਮੱਖੀਆਂ ਮਰਜਾ, ਅਤੇ ਫਟਾਫਟ ਰੋਟੀ ਪਕਾ ਲਾਂ। ਇੱਧਰ ਮੈਂ ਰੋਟੀਆਂ ਪਕਾ ਕੇ ਰੱਖ ਲਈਆਂ, ਇੱਧਰ ਬੁਣਾਈ ਹੋ ਗਈ ਆ। ਹੁਣ ਮੈਂ ਸ਼ੋਰਬੇ ਵਾਸਤੇ ਪਾ ਦੇਵਾਂ ਪਾਣੀ, ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਦੇਸੀ ਮੁਰਗੇ ਦਾ ਜੀ ਹੁੰਦਾ ਸ਼ੋਰਾ ਹੀ ਆ, ਬੋਟੀਆਂ ਦੇ ਦੀਆਂ ਬਸ 3-4 ਹੁੰਦੀਆਂ ਸਹੀ, ਬਾਕੀ ਤਾਂ ਖੱਪਰ ਖੁੱਪਰ ਹੀ ਹੁੰਦੇ। ਚੰਗੀ ਤਰ੍ਹਾਂ ਮਿਕਸ ਕਰ ਦਿੰਦੀ ਹਾਂ, ਦਾਲਚੀਨੀ ਵੀ ਵਿੱਚ ਮੈਂ ਪਾਈ ਆ, ਮੋਟੀ ਇਲਾਇਚੀ ਵੀ ਪਾਈ ਆ। ਅਤੇ ਹੁਣ ਜਿਹੜਾ ਨਾ ਪਾਣੀ ਨੂੰ ਤੋਂ ਦਿੰਦੇ ਕਵਰ ਕਰ, ਅਤੇ ਚੰਗੀ ਤਰ੍ਹਾਂ ਪਾਣੀ ਪੱਕ ਜਾਏ। ਰੋਟੀ ਪਕਾ ਕੇ ਢੱਕ ਲਈ ਆ, ਕੱਪੜੇ ਵੀ ਮੈਂ ਤੁਹਾਡੇ ਧੋਤੇ ਆ ਨੇ, ਅਤੇ ਅੱਛਾ ਅੱਛਾ ਪਾਣੀ ਪੱਕ ਪੱਕ ਕੇ ਸਾਡਾ ਕਮਲਾ ਹੋ ਗਿਆ ਵਾ, ਚੁੱਲ੍ਹੇ ਵੀ ਸਾਫ਼ ਕਰ ਦਿੱਤੇ ਆ। ਇੱਥੇ ਮੈਂ ਪਾਵਾਂ ਗਰਮ ਮਸਾਲਾ, ਨਮਕ ਮੈਂ ਘੱਟ ਹੀ ਪਾਇਆ ਵਾ, ਕਿਉਂਕਿ ਫਿਰ ਅੰਮਾ ਜੀ ਦਾ ਵੀ BP ਵੱਧਦਾ ਵਾ, ਬਾਜੀ ਸਨਭਰਾ ਦਾ ਵੀ ਹੁਣ ਤਾਂ ਵਧਣ ਲੱਗ ਪਿਆ, ਅੱਗੇ ਬਾਜੀ ਦਾ ਸਾਰੀ ਜ਼ਿੰਦਗੀ ਦਾ ਲੋਹ ਹੁੰਦਾ ਸੀ, ਹੁਣ ਗਰੀਬਣੀ ਦਾ ਵਧਣ ਲੱਗ ਪਿਆ। ਇਹ ਨਾ ਘਟਿਆ ਚੰਗਾ ਨਾ ਵਧਿਆ, ਵਧਿਆ ਤਾਂ ਬਹੁਤਾ ਹੀ ਨੁਕਸਾਨ ਦੇਣਾ। 2 ਮਿੰਟ ਵਾਸਤੇ ਨਾ ਕਵਰ ਕਰਕੇ ਪਕਾ ਲੈਂਦੇ ਹਾਂ, ਫਿਰ ਰੋਟੀ ਦਿੰਦੀ ਹਾਂ ਅਲੀ ਨੂੰ। ਕੱਪੜੇ ਅਲੀ ਦੇ 2-3 ਸੂਟ ਸੀਗੇ, ਉਹ ਮੈਂ ਧੋਤੇ, ਆਪਣਾ ਵੀ 180 ਧੋਏ ਹਾਂ। ਚਲੋ ਉੱਥੇ ਦਿੰਦੀ ਢੱਕਣ, 2 ਮਿੰਟ ਵਾਸਤੇ ਪੱਕ ਜੇ, ਫਿਰ ਸੁਲਾ ਬੰਦ ਕਰਕੇ ਅਲੀ ਨੂੰ ਰੋਟੀ ਦਿੰਦੀ ਹਾਂ। ਬਾਈ ਫਿਆਸ ਹੋ ਗਿਆ, ਇਸ ਕਰਕੇ ਮੈਂ ਕਲੇਜੀ ਰੱਖੀ ਆ, ਪੋਟਾ ਅਤੇ ਦਿਲ ਅਲੀ ਖਾ ਗਏ। ਇਹ 3 ਹਰੀਆਂ ਮਿਰਚਾਂ, ਅਤੇ 2 ਮਿੰਟ ਵਾਸਤੇ ਕਵਰ ਕਰਦੇ ਹਾਂ। ਸਾਲਨ ਪੱਕ ਗਿਆ, ਮੈਂ ਬਾਈ ਫਿਆਜ਼ ਨੂੰ ਜਗਾਉਂਦੀ ਹਾਂ, ਅਲੀ ਬਾਈ ਫਿਆਜ਼ ਦੀ ਕਲੇਜੀ ਖਾ ਲਿਆ। 2 ਮਿੰਟ ਵਾਸਤੇ ਕਵਰ ਕਰ ਦਿੰਦੀ, ਕੋਈ ਨਹੀਂ ਅਲੀ ਨਹੀਂ ਖਾਣੀ, ਤਾਂ ਕੋਈ ਗੱਲ ਨਹੀਂ। ਜਾਂ ਮੈਂ ਸੁੱਤਾ ਰਿਹਾ, ਤੇਰੀ ਕਲੇਜੀ ਹੁਣ ਅਲੀ ਖਾ ਗਿਆ ਵਾ। ਸਾਲਨ ਪੱਕ ਗਿਆ, ਰੋਟੀ ਖਾ ਲਈ ਗਈ, ਫਿਰ ਚਲੀਏ ਕਿ ਅਲੀ ਕਹਿੰਦੇ ਜਾਂ ਸੁਬਹਾ ਚੱਲ ਜਾਓ। ਜਦੋਂ ਕਰਨੀ ਕਰ ਲਓ, ਮੈਂ ਕਿਹਾ ਸੀ ਸੁਬਹਾ ਜੁੰਮਾ ਕੁਛ ਲੱਭਣਾ ਨਹੀਂ, ਜਾਂ ਲੈ ਤਾਂ ਸਾਡੇ ਕੋਲ ਹੁਣ ਵੀ ਕੁਛ ਨਹੀਂ ਹੋਣਾ। ਮੈਂ ਤਾਂ ਕੁਛ ਨਹੀਂ ਲੈਣਾ, ਦਵਾਈ ਲੈਣੀ ਬਸ। ਚਲੋ ਆ ਜਾਓ, ਬਸ ਹਾਂਡੀ ਪਾ ਕੇ ਕੱਪੜੇ ਵੀ ਮੈਂ ਧੋਤੇ, ਅਤੇ ਆ ਜਾ ਪਲਾਟ ਦੇਖ ਲਾ, ਅਤੇ ਫਿਰ ਚੱਲੀਏ। ਇਹ ਹੁਣ ਪੇਪ ਕਿੱਦਾਂ ਕਿਉਂ ਕਰਨ ਲੱਗੇ ਅੱਗੇਲੀ ਸਾਈਡ 'ਤੇ? ਮਾਸ਼ਾਅੱਲਾ, ਕੜਾਹੀ ਚੰਗੀ ਆ, ਕਿਤੇ ਟੁੱਟੀਆਂ ਛਾਵਾਂ ਵੀ ਕੰਮ ਆ ਜਾਂਦੀਆਂ। ਰਾਤੋ ਰਾਤ ਬਾਰਿਸ਼ ਦੇ ਵਿੱਚ ਲਾਇਆ ਸੀ ਨਾ, ਤੁਸੀਂ ਤਾਂ ਭੇਜ ਗਏ। ਹੁਣ ਦੇਖਾ ਸੰਘਣਾ ਲੱਗਾ, ਹੁਣ ਸਹੀ ਰਹਿਣਾ। ਚਲੋ ਜੀ, ਹੁਣ ਉਧਰਲੀ ਸਾਈਡ ਭਰ ਗਈ, ਹੁਣ ਇੱਧਰੋਂ ਭਰ ਜਾਂਦੀ ਆ। ਮਾਸ਼ਾਅੱਲਾ, ਇਹ ਅੰਬਾਂ ਦਾ ਪਿੱਛੋਂ ਖਿਆਲ ਰੱਖਿਓ। ਇਹ ਬੁੱਢਾ ਅੰਬ ਹੁਣ ਖੜਾ ਹੁੰਦਾ ਪਿਆ ਵਾ, ਇਹ ਵਿਚਾਰਾ ਬਹੁਤਾ ਹੀ ਫਸ ਗਿਆ। ਬੰਦ ਸਾਲਨ ਤਿਆਰ, ਠੰਡਾ ਹੋ ਜਾਊਗਾ ਅਤੇ ਅਲੀ ਦੇ ਕੇ ਆਉਣਗੇ ਅੰਮਾ ਜੀ ਹੁਣਾਂ ਨੂੰ, ਅਤੇ ਫਿਲਹਾਲ ਮੈਂ ਅਲੀ ਅਤੇ ਬਾਈ ਫਿਆਜ਼ ਨੂੰ ਰੋਟੀ ਦੇ ਦੇਵਾਂ, ਖੁਦ ਵੀ 2 ਬੁਰਕੀਆਂ ਖਾ ਲਵਾਂ। ਮਾਸ਼ਾਅੱਲਾ, ਦੇਸੀ ਮੁਰਗਾ।